ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ, ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ, ਸ਼ੌਕ ਮਿੱਤਰਾਂ ਦਾ ਮੜਕਾਂ ਦੇ ਨਾਲ ਤੁਰਨਾ। ਸਵਾਗਤ ਹੈ ਜੀ ਪ੍ਰੋਗਰਾਮ ਕੰਟੀਨੀ ਮੰਡੀਰ ਦੇ ਵਿੱਚ ਰਵਨੀਤ ਵੱਲੋਂ, ਤੇ ਹਾਂ ਹਾਂ ਮਾਰ ਲਾ ਤੁਹਾਡੀ। ਆਹ ਕੰਮ ਨਹੀਂ ਕਰਨਾ, ਜੇ ਕਮਜ਼ੋਰੀ ਹੈ ਤਾਂ ਡਾਕਟਰ ਕੋਲ ਜਾਓ। ਸੋ ਬੇਰਿੰਗ ਕਾਲਜ ਬਟਾਲੇ ਦੇ ਵਿੱਚ ਪੂਰੀ ਮੜਕਾਂ ਦੇ ਨਾਲ ਅਸੀਂ ਆਏ ਜੀ। ਇੱਧਰ ਮੇਰੇ ਸੋਹਣੇ ਸੋਹਣੀਆਂ ਕੁੜੀਆਂ ਖੜੇ ਜੀ, ਬਾਈ ਹੋਰੀ ਖੜੇ ਮੁੰਡੇ। ਸੋ ਇੱਕ ਵਾਰ ਜ਼ੋਰਦਾਰ ਤਾੜੀ, ਇੱਕ ਵਾਰ ਖਿੱਚ ਕੇ ਪੂਰਾ ਗਾਹ ਪਾਉਣ ਲਈ ਇੱਥੇ ਦੱਸ ਦਈਏ ਬਈ ਬਟਾਲੇ ਸ਼ਹਿਰ ਦੇ ਵਿੱਚ ਪਹਿਲੀ ਵਾਰ ਅਸੀਂ ਆਏ ਹਾਂ ਜੀ ਕਿਸੇ ਕਾਲਜ ਦੇ ਵਿੱਚ। ਸੋ ਪੂਰਾ ਫਨ ਕਰਾਂਗੇ ਤੇ ਤੁਸੀਂ ਆਓ ਜੀ ਮੂਹਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੇ ਰੰਗ ਦਾ ਬੈਂਡ ਉਸੇ ਰੰਗ ਦਾ ਸੂਟ, ਜਿਹੜੇ ਰੰਗ ਦਾ ਬੈਂਡ ਭਾਈ ਉਸੇ ਰੰਗ ਦਾ ਸੂਟ, ਉਹਦਾ ਤਿਆਰ ਨਾ ਕਰ ਜਿੰਬੜ ਜਾਣਗੇ ਭੂਤ। ਵਧੀਆ ਗੱਲ ਹੈ, ਭੂਤਾਂ ਨੂੰ ਰੋਲਾ ਬਣ ਲਿਆ ਕਰੋ, ਪਰ ਸੋਹਣੇ ਲੱਗ ਰਹੇ ਹੋ। ਠੀਕ ਹੈ, ਥੈਂਕ ਯੂ। ਗੋਡ ਬਲੈਸ ਯੂ। ਤੇ ਕੀ ਨਾਮ ਹੈ ਜੀ? ਮਨੀਸ਼ਾ। ਮਨੀਸ਼ਾ, ਹਾਂਜੀ। ਅੱਛਾ ਅੱਛਾ, ਲਾਂਬਾ? ਨਹੀਂ ਨਹੀਂ, ਧੁੱਪੜ ਧੁੱਪੜ। ਹਾਂਜੀ, ਧੁੱਪੜ ਧੁੱਪੜ। ਹਾਂਜੀ, ਅੱਛਾ ਅੱਛਾ, ਠੀਕ ਹੈ ਠੀਕ ਹੈ ਜੀ। ਤੇ ਕਿਹੜਾ ਇਅਰ ਹੈ ਜੀ? ਮੇਰਾ ਸੈਕੰਡ ਇਅਰ ਬੀਐਸਸੀ ਆਈਟੀ। ਬੀਐਸਸੀ ਆਈਟੀ ਆਈਟੀ ਪਹਿਲਾ ਸਾਲ ਵਧੀਆ ਲੰਘ ਗਿਆ ਜੀ? ਹਾਂਜੀ, ਬਹੁਤ। ਡਿੰਪਲ ਵੀ ਪੈਂਦੇ ਹੈ? ਹਾਂਜੀ, ਮੈਂ ਗੁੱਡ ਕਰ ਰੱਖਿਆ ਕੰਮ। ਹਾਂਜੀ ਹਾਂਜੀ। ਤੇ ਬੋਲੀ ਪਾਉਣੀ ਆਉਂਦੀ ਹੈ? ਹਾਂਜੀ। ਸੁਣਾਓ ਫਿਰ ਇੱਕ। ਬੋਤਾ ਕਰੀ ਨਾ ਗੁਮਾ, ਮੈਂ ਵੀ ਕੁੜੀ ਆ ਜਵਾ। ਬੋਤਾ ਕਰੀ ਨਾ ਗੁਮਾ, ਮੈਂ ਵੀ ਕੁੜੀ ਆ ਜਵਾ। ਪੂਰੇ ਬੇਰਿੰਗ ਵਿੱਚੋਂ ਪਤਲੀ ਪਤੰਗ ਮੁੰਡਿਆ, ਦੇਵਾ ਆਸ਼ਕਾਂ ਨੂੰ ਹੋ, ਦੇਵਾ ਆਸ਼ਕਾਂ ਨੂੰ ਸੋਲੀ। ਟੰਗੇ 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 ਮੁੰਡਿਆ, ਦੇਵਾ ਆਸ਼ਕਾਂ ਨੂੰ। ਬਹੁਤ ਵਧੀਆ ਬਹੁਤ ਵਧੀਆ, ਥੈਂਕ ਯੂ ਥੈਂਕ ਯੂ। ਇਹ ਪਹਿਲੀ ਕੁੜੀ ਜਿਹੜੀ ਆਸ਼ਕਾਂ ਨੂੰ ਤੰਗ ਕਰਕੇ ਬਹੁਤ ਖੁਸ਼ ਹੋ ਰਹੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਵਧੀਆ, ਤੁਸੀਂ ਸੁਣਾਓ? ਪਹਿਲਾਂ ਤਾਂ ਮਿੱਟੀ ਹੈ ਜਿਹੜੀ, ਜਿਵੇਂ ਰਾਜਸਥਾਨ ਦੇ ਆਪਣਾ ਆਏ ਹੁੰਦੇ ਹੋ, ਤੁਹਾਡੇ ਕਰਕੇ ਚੜੀ ਆ, ਤੁਹਾਨੂੰ ਇੰਨਾ ਸਾਨੂੰ ਪਤਾ ਲੱਗਾ ਤੁਸੀਂ ਆ ਰਹੇ ਹੋ ਬਸ। ਅੱਛਾ, ਪਹਿਲਾਂ ਤਾਂ ਮਿੱਟੀ ਬਾਲੀ। ਅੱਛਾ ਰੋਨੀਤ, ਆ ਕੇ ਗਰਾਊਂਡ 'ਚੋਂ ਪਤਾ ਲੱਗਾ ਤੁਸੀਂ। ਓਹ ਹੋ, ਤੂੜ 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 'ਚ ਮਰ ਗਿਆ। ਕੀ ਨਾਂ ਕੀ ਤੁਹਾਡਾ? ਤਮੰਨਾ। ਤੂੜ 'ਚ ਤਮੰਨਾ ਖੇਡਦੀ ਰਹੀ? ਆ ਗੋਡਾ 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 ਕੰਮ। ਕਿਹੜਾ ਇਹ ਤੁਹਾਡਾ? ਫਸਟ ਇਅਰ। ਕਾਲਜ ਲਾਈਫ ਵਧੀਆ ਹੈ ਕਿ ਸਕੂਲ ਲਾਈਫ? ਕਾਲਜ ਲਾਈਫ। ਕਾਲਜ ਲਾਈਫ ਕਿਉਂ? ਸਕੂਲ ਦੇ ਵਿੱਚ ਕੀ ਚੱਕਰ ਸੀਗਾ? ਬਹੁਤ ਵਧੀਆ ਗੀਤ ਆਉਂਦਾ ਗੀਤ। ਹਾਂਜੀ ਸੁਣਾਓ ਜੀ ਫਿਰ। ਬੜਾ ਟਾਈਮ ਸੀਕਲ ਲੈਣਾ ਓ ਤੋ ਵੱਲੜੇ, ਨਾ ਹੀ ਫੋਨੇ ਹੁੰਦਾ ਨਾ ਹੀ ਫੇਸਬੁੱਕ ਸੀ। ਆਨੀਆਂ ਗੁਨੀਆਂ ਸਾਰੀਆਂ ਬਾਹਰ ਕੱਢ ਰੱਖੀਆਂ। ਤੁਸੀਂ ਆਣਾ ਹੀ ਨਹੀਂ ਤਾਂ। ਓਏ, ਕਿਸ ਨੇ ਮਿੱਟੀ ਪਾ ਰੱਖੀ ਹੈ, ਕਿਸ ਨੇ ਗਾਨੀਆਂ ਕੱਢ ਰੱਖੀਆਂ। ਹਾਂਜੀ, ਇੱਕ ਵਾਰ ਭਾਈ ਇਹਨੂੰ ਮੁੰਡਾ ਪੁੱਛਦਾ ਵੀ ਫੇਸਬੁੱਕ ਯੂਜ਼ ਕਰਦੀ ਹੈ, ਇਹ ਕਹਿੰਦੀ ਨਹੀਂ ਮੈਂ ਨੇਚਰਲੀ ਗੋਰੀ ਆ। ਇਹ ਕਿਹੜਾ ਸਟਾਈਲ ਹੈ ਵਾਲਾਂ ਦਾ? ਇਹ ਸਾਈਡ ਕੱਟ ਹੈ। ਓਏ ਹੋਏ ਹੋਏ ਹੋਏ, ਇਹ ਨਾਈ ਨੇ ਕੀਤਾ? ਨਾਈ ਨੇ ਮੈਂ 30 ਰੁਪਏ ਦਊਂਗਾ ਅੱਗੇ ਤੋਂ, ਆਪ ਨਾਈ ਤੋਂ ਕਰਾਈ। ਮੈਂ ਨਾਈ ਆ ਨਾ, ਮੈਂ ਕਰਦਾ ਫਿਰ ਅਬੜੋ ਫਿਰ ਦੋ ਪਿੰਨ ਦੇ ਕੌਣ ਸੈੱਟ ਕਰੀ ਮਾੜੇ ਹੈ ਨਾ ਨਾ ਵਧੀਆ। ਈਅਰ ਕਿਹੜਾ? ਈਅਰ ਮੇਰਾ ਫਾਈਨਲ ਈਅਰ ਆ। ਸਾਰੇ ਹੋ ਗਏ ਬਾਕੀ? ਸਪਲੀ ਸੁਪਲੀ ਆਈ ਹੋਣੀ ਆ। ਪੜ੍ਹਨ ਵਾਲੀ ਤਾਂ ਲੱਗਦੀ ਨੀ ਤੂੰ। ਨਹੀਂ ਨਹੀਂ, ਮਜ਼ਾਕ ਕਰਦਾ। ਤੇ ਗੀਤ ਆਉਂਦਾ? ਗੀਤ ਹਾਂਜੀ ਆਉਂਦਾ। ਸੁਣਾਓ ਫਿਰ। ਅੜੀ ਉੱਤੇ ਆਏ ਜੱਟ ਛੱਡੇ ਯਾਰ, ਕਬੀ ਦਾ ਪਾਟੀ ਦੀ ਜਾਣਗੀ ਮਿੱਟੀ। ਇਹ ਕੋਲਾ ਪਾਲਾ ਪੁੱਤ ਜੱਟ ਦਾ, ਸੋਹਣੀ ਹੈ ਤੂੰ ਬੱਟ ਦਾ। ਨੀ ਮੈਂ ਕੋਲਾ ਪਾਲਾ ਪੁੱਤ ਜੱਟ ਦਾ, ਸੋਹਣੀ ਹੈ ਤੇਰੀ ਹੈ ਨੀ ਤੂੰ ਬੱਟ ਦਾ। ਬਹੁਤ ਵਧੀਆ ਬਹੁਤ ਵਧੀਆ, ਡੋਲੀ ਰੱਖੋ ਪੁੱਤ ਜੱਟਾਂ ਦੇ। ਕੀ ਹਾਲ ਚਾਲ ਹੈ ਜੀ? ਬਸ ਵਧੀਆ ਵਧੀਆ ਭਾਈ ਜੀ। ਕਿੱਥੋਂ ਬਿਲੋਂਗ ਕਰਦੇ ਹੋ? ਘਰ ਦੇ ਪਰਿਵਾਰ ਵਾਲੇ ਕੀ ਕਰਦੇ? ਉਹ ਵੀ ਸਰ ਡੈਡੀ ਪੁਲਿਸ ਵਿੱਚ ਜੀ। ਪੁਲਿਸ? ਕਿਤੇ ਨਾ ਮਾਹੌਲ ਹੁੰਦਾ ਘਰੇ?
ਮੈਂ ਚੱਲ ਜਾਣਾ ਤੁਸੀਂ ਛੇੜ ਲਓ ਫਿਰ ਤਾਂ ਪੂਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ, ਪੂਰਾ ਫਨ ਹੋ ਰਿਹਾ, ਚੀਕ ਚਿਹਾੜੇ ਪੂਰੇ ਪੈ ਰਹੇ ਨੇ। ਹੈਂ ਆ ਕਿੱਦਾਂ ਵੱਜੇ ਗੰਡੇ? ਮੈਂ ਉਦੋਂ ਲਾਚਰ ਲਗਾ ਕੇ ਆ ਰਹੀ ਸੀ, ਮੈਨੂੰ ਪਤਾ ਲੱਗਾ ਕੰਟੀਨੀ ਮੰਡੀਰ ਆਈ ਆ। ਆਈ ਆ ਹਾਂ, ਮੈਂ ਜਗ੍ਹਾ ਨਾ ਲੱਭੀ, ਮੈਂ ਭੱਜੀ ਆਈ ਤੇ ਗੰਡੇ 'ਚ ਜਾ ਵੜੀ। ਛੋਟੇ ਤਾਂ ਗੰਡਿਆਂ 'ਚ ਤੇ ਉਧਰੋਂ ਫਿਰ ਭੱਜੀ ਆਈ ਇੱਥੇ ਆ ਕੇ ਵੇਖਿਆ। ਓਹੋ ਤੂੰ ਤੇ ਅੱਗੇ ਤੂੰ ਬ੍ਰੇਕ ਲੈ ਲਈ। ਓਹੋ ਪਿੰਡ ਕਿਹੜਾ ਤੁਹਾਡਾ? ਪਿੰਡ ਕਿਹੜਾ? ਮੈਂ ਲੋਕਲ ਬਟਾਲੇ ਦੀ ਆ। ਅੱਛਾ ਜਾ, ਐ ਕੀਰਨੇ ਪਾਉਣੇ ਹੁੰਦੇ ਕੀਰਨੇ? ਹਾਂ ਕਿੱਦਾਂ ਦੇ ਕੋ ਆ ਫੜ ਫੜ। ਸਪੋਜ਼ ਕਰ ਮੈਂ ਮਰ ਗਿਆ, ਲਾਸ਼ ਹੈ, ਇਹ ਸੱਚੀ ਕਿੱਦਾਂ ਲੱਗ ਗਈ? ਦੁਬਾਰਾ ਰੀਪਲੇ। ਥੈਂਕ ਯੂ ਜਾਓ। ਮੈਨੂੰ ਕਹਿੰਦੀ ਛੱਡ ਗਿਆ ਕੱਲੀ ਨੂੰ। ਹੈ ਤੇਰੇ ਨਾਲ ਜੋੜੀ ਕਦ ਬਣ ਗਈ? ਜੋੜੀ ਤਾਂ ਨਹੀਂ ਬਣੀ, ਕੀ ਪਤਾ ਬਣੀ ਜਾਵੇ। ਕਿਹੜਾ ਪਿੰਡ ਆਪਣਾ? ਬਈ ਚੀਕਾਂ ਮਾਰ ਦੇ ਕਰੇ ਦੱਸ ਦਿਓ। ਆਪਣਾ ਪਿੰਡ ਵੀ ਭੁੱਲਰ। ਹਾਂ ਬਹੁਤ ਵਧੀਆ, ਮੈਂ ਬਿਊਟੀਫੁੱਲ ਭੁੱਲਰ ਨਾ ਗੁੱਡ। ਇੱਧਰ ਇੱਧਰ ਦੇ ਚਿਹਰੇ, ਇੱਧਰ ਇੱਧਰ ਦੇ ਬੰਦੇ ਚਾਹੀਦੇ ਆ ਟੀਵੀ ਤੇ। ਮੈਂ ਤਾਂ ਇੱਦਾਂ ਨਾ 7 ਸਾਲ ਤੋਂ ਇੱਥੇ ਖੇ ਖਾਂਦਾ। ਮੈਂ ਅੱਗੇ ਕਲਾਸ ਟੱਪੇ ਨਹੀਂ ਫਿਰ? ਨਹੀਂ ਕਲਾਸਾਂ ਤਾਂ ਟੱਪ ਗਿਆ ਸਾਰੀਆਂ, ਤੁਹਾਨੂੰ ਪਤਾ ਸ਼ਰਾਰਤੀ ਟੱਪ ਜਾਂਦੇ ਹੁੰਦੇ, ਬਾਕੀ ਫੇਲ ਹੋ ਜਾਂਦੇ ਨਾ। ਠੀਕ ਹੈ। ਅੱਛਾ ਭਾਈ, ਭੁੱਲਰ ਪਿੰਡ ਹੈ ਤੁਹਾਡਾ? ਹਾਂਜੀ। ਪਿੰਡ ਦੀ ਖਾਸ ਗੱਲ ਕੀ ਹੈ ਜਾਂ ਕਿਹੜਾ ਅਮਲੀ ਹੈ ਪਿੰਡ ਦਾ? ਪਿੰਡ ਦੀ ਖਾਸ ਗੱਲ ਇਹ ਆ ਵੀ ਮੈਂ ਉੱਥੇ ਆ। ਪਿੰਡ ਦਾ ਕਿਹੜਾ ਇਹੋ ਜਿਹਾ ਬੰਦਾ ਵੀ ਜਿਹੜਾ ਪੂਰੀ ਰੌਣਕ ਲਾਉਂਦਾ ਉੱਥੇ? ਕੋਈ ਅਮਲੀ, ਕੋਈ ਪਿੰਡ ਦਾ, ਕੋਈ ਹੋਰ? ਕੁੜੀਆਂ ਦੱਸ ਦਿਓ ਕਿਹੜਾ ਮੁੰਡਾ? ਰਾਜੂ ਭੁੱਲਰ ਕਿੱਦਾਂ ਰੌਣਕਾਂ ਲਾਉਂਦਾ? ਰਾਜੂ ਭੁੱਲਰ ਕਲਾਸ 'ਚ ਕਿੱਦਾਂ ਰੌਣਕਾਂ ਲਾਉਂਦਾ? ਕਲਾਸ 'ਚ ਤਾਂ ਮੈਂ ਕਦੀ ਗਿਆ ਨੀ, ਬਾਹਰ ਰੌਣਕਾਂ ਜ਼ਰੂਰ ਲਾ ਦਿੰਦਾ। ਕਿਵੇਂ ਅਜੇ ਕੁੜੀ ਛੇੜਦੇ? ਨਹੀਂ, ਕੁੜੀਆਂ ਮੈਨੂੰ ਛੇੜਦੀਆਂ ਯਾਰ। ਹਮੇਸ਼ਾ 10 ਮਿੰਟ ਲੇਟ ਹੀ ਜਾਂਦਾ ਸੀ ਜਦੋਂ ਜਾਣਾ। ਮਹਿਕਮਾ ਸਰ, ਓਏ ਰਾਮ ਜਾ ਦਿਆ ਕੁੱਤਿਆ, ਕਿੱਥੋਂ ਸੁੱਤਾ ਉੱਠ ਕੇ ਆ ਜਾਣਾ ਵਾ? ਹਾਂ ਕਿੱਥੋਂ ਆਉਣਾ ਤੂੰ? ਮੈਂ ਸਰ ਪਿੰਡ ਭੁੱਲਰ ਜੀ, ਕਿੱਥੇ ਪੈਂਦਾ? ਜਸਟ 5 ਕਿਲੋਮੀਟਰ ਅਵੇ ਫਰੋਮ ਹੇਅਰ। ਆਰਾਮ ਜਾ ਦਿਆ 5 ਕਿਲੋਮੀਟਰ ਤੋਂ ਨਾ, 5 ਅੱਖਰ ਹੀ ਪੜ ਲਿਆ ਕਰ। ਸੋਰੀ ਸਰ, ਸੋਰੀ ਦਫਾ ਜਾ। ਆਰਾਮ ਜ਼ਿਆਦਾ 50 ਹੀ ਤਾਂ ਸੋਰੀ ਬੋਲਦਾ ਸਾਲ 'ਚ, ਦਫਾ ਜਾ। ਬਹੁਤ ਵਧੀਆ, ਬਹੁਤ ਵਧੀਆ, ਪੜ੍ਹਿਆ ਕਰੋ ਭਾਈ, ਪੜ੍ਹਿਆ ਕਰੋ। ਥੈਂਕ ਯੂ। ਕੀ ਹਾਲ ਚਾਲ ਜੀ? ਵਧੀਆ, ਤੁਸੀਂ ਦੱਸੋ? ਬਸ ਠੀਕ ਹੈ ਜੀ। ਆਸ਼ਕਾ ਨੂੰ ਅੱਗੇ ਨੀਂਦ ਨਹੀਂ ਪੈਂਦੀ, ਤੁਸੀਂ ਘੁੰਗਰੂ ਲਵਾ ਲਏ ਹੈਂ? ਅਜੇ ਖੁਸ਼ ਕਿਹੜੀ ਹੁੰਦੀ ਹੈ ਨਾ? ਠੀਕ ਹੈ ਫਿਰ, ਵਧੀਆ ਹੋ ਗਿਆ ਕੰਮ ਹੈ ਨਾ ਨਾਲੇ। ਤੇ ਕਿੱਥੋਂ ਬਿਲੋਂਗ ਕਰਦੇ ਹੋ ਜੀ? ਮੈਂ ਲੋਕਲੀ ਬਟਾਲਾ। ਲੋਕਲੀ? ਬਟਾਲੇ ਸ਼ਹਿਰ ਦੀ ਖਾਸ ਗੱਲ ਕਿਹੜੀ ਹੈ? ਕਿਵੇਂ ਮਾਣ ਕਰਦੇ ਹੋ ਬਟਾਲੇ ਦੀ? ਹਾਂ, ਪ੍ਰਾਊਡ ਟੂ ਬੀ ਬਟਾਲੇ। ਪਹਿਲੀ ਗੱਲ ਤੇ ਬੇਰਿੰਗ ਬਟਾਲੇ ਜਿੱਤੇ ਆਪਾਂ ਮਾਣ ਕਰਦੇ ਹਾਂ। ਮਾਣ ਕਰਦੇ ਹੋ ਇੱਥੇ? ਹਾਂਜੀ। ਇੰਨੇ ਢੀਠ ਇੱਧਰ ਢੀਠਣੀਆਂ, ਇਹ ਕਾਹਦਾ ਮਾਣਨਾ? ਦੂਜੀ ਗੱਲ, ਬਟਾਲੇ ਦੇ ਲੋਕ ਬਹੁਤ ਮਸਤ ਘੈਂਟ ਹੁੰਦੇ, ਉਹਨਾਂ ਤੇ ਮਾਣ ਕਰਦੇ। ਤੇ ਹੋਰ ਸ਼ੌਂਕ ਕੀ ਕੀ ਹੈ ਜੀ? ਸ਼ੌਂਕ ਸਿੰਗਿੰਗ, ਡਾਂਸਿੰਗ। ਹਾਂ ਹਾਂ ਹਾਂਜੀ, ਸੁਣਾਓ ਫਿਰ ਜੀ। ਚੰਨਾ ਵੇ ਮੇਰਾ ਦਿਲ ਕਰਦਾ, ਚੰਨਾ ਵੇ ਮੇਰਾ ਦਿਲ ਕਰਦਾ, ਮੈਂ ਵੀ ਮਸਤਿਆਂ ਦੇ ਮੇਲੇ ਨੂੰ ਜਾਵਾਂ। ਚੰਨਾ ਵੇ ਮੇਰਾ ਦਿਲ ਕਰਦਾ, ਮੈਂ ਚੂੜੇ ਵਾਲੀ ਬਾਹ ਕੱਟ ਕੇ, ਮੈਂ ਚੂੜੇ ਵਾਲੀ ਬਾਹ ਕੱਟ ਕੇ ਬੋਲੀ ਨਾ ਦੀ ਤੇਰੇ ਮੈਂ ਜਾਣਾ ਪਾਈ। ਕੀ ਨਾਮ ਬਾਈ? ਹਰਮਨਪ੍ਰੀਤ ਸਿੰਘ ਜੀ। ਬਾਈ ਮੈਂ ਸੁਣਿਆ ਗੀਤ ਸੁਣਾਉਣੇ ਤੁਸੀਂ? ਹਾਂਜੀ ਹਾਂਜੀ। ਫਰਮਾਇਸ਼ ਆਈ ਇੱਧਰੋਂ ਦੀ? ਹਾਂਜੀ ਹਾਂਜੀ ਜ਼ਰੂਰ ਜੀ।
ਮੇਰੀ ਹੀਰੀਏ ਫਕੀਰੀਏ ਨੀ ਸੋਹਣੀਏ ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀਏ ਖੁਸ਼ਬੂ ਨਸ਼ੀਲੀ ਓਏ ਯਾਦ ਆਵੇ ਤੇਰੀ ਵੇਖਾਂ ਜਦੋਂ ਚੰਦ ਮੈਂ ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ ਹੋਕਾਂ ਤੋਂ ਨੀਂਦ ਚੋਂ ਜਗਾਇਆ ਨੀ ਪਰਾਉਣੀਏ ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀਏ ਮੇਰੀ ਹੀਰੀਏ ਫਕੀਰੀਏ ਨੀ ਸੋਹਣੀਏ ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀਏ ਬਹੁਤ ਵਧੀਆ ਬਾਈ ਸਰਦਾਰੀ ਨੂੰ ਕਾਇਮ ਰੱਖਣ ਉਹ ਕਹਿੰਦੀ ਤੇਰੀ ਪੱਗ ਵੱਲ ਵੇਖ ਕੇ ਮੇਰੇ ਦਿਲ ਚ ਗੁਲਾਬ ਖੇਲਦਾ ਉਹ ਕਹਿੰਦੀ ਤੇਰੀ ਪੱਗ ਵੱਲ ਵੇਖ ਕੇ ਮੇਰੇ ਦਿਲ ਚ ਗੁਲਾਬ ਖੇਲਦਾ ਮੈਂ ਵੀ ਕਿਹਾ ਸੋਹਣੀਏ ਸਰਦਾਰ ਨੂੰ ਤਾਂ ਕੁੜੀ ਮਿਲਦੀ ਆ ਪਰ ਹਰ ਇੱਕ ਕੁੜੀ ਨੂੰ ਸਰਦਾਰ ਨਹੀਂ ਮਿਲਦਾ ਬਹੁਤ ਵਧੀਆ ਸੋ ਬਾਈ ਨੇ ਗੀਤ ਵੀ ਸੁਣਾਇਆ ਤੇ ਮੈਸੇਜ ਵੀ ਦਿੱਤਾ ਕਿ ਪੱਗ ਜ਼ਰੂਰ ਬੰਨਿਆ ਕਰੋ ਬਾਈ ਸੋ ਹੁਣ ਮੇਰਾ ਹੋ ਚੁੱਕਿਆ ਜੀ ਛੋਟੇ ਜਿਹੇ ਬ੍ਰੇਕ ਦਾ ਇੱਧਰ ਰੌਣਕਾਂ ਲੱਗਦੀਆਂ ਰਹਿਣਗੀਆਂ ਗਾਣੇ ਗਾਉਂਦੇ ਰਵਾਂਗੇ ਪਰ ਵੇਲਾ ਹੋ ਚੁੱਕਿਆ ਬ੍ਰੇਕ ਦਾ ਮਿਲਦਾ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡੇ ਆਪਣੇ ਫੇਵਰੇਟ ਸ਼ੋਅ ਜਿਹਦਾ ਨਾਂ ਜੀ ਬਾਈ ਕੰਟੀਨੀ ਮੰਡੀਰ ਤੇ ਅਸੀਂ ਫਿਰਦੇ ਹਾਂ ਜੀ ਮਾਝੇ 'ਚ ਸ਼ਹਿਰ ਬਟਾਲਾ ਕਾਲਜ ਬੇਰਿੰਗ ਕਾਲਜ ਇਹ ਮਸਾਂ ਬਿਠਾਈ ਹੈ ਜੀ ਮੰਡੀਰ ਮਾਝੇ ਵਾਲੀ ਇਹ ਤਾਂ ਬਾਰਡਰ ਟੱਪ ਜਾਂਦੀ ਹੈ ਜੀ ਇਹ ਬਹੁਤ ਤੰਗ ਕਰ ਰਹੀ ਹੈ ਸੋ ਪਰ ਦੇਖੋ ਹੁਣ ਸ਼ਾਂਤ ਬਿਠਾਈ ਹੈ ਦੇਖੋ ਕੁੜੀਆਂ ਦੇ ਚਿਹਰੇ ਦੇਖੋ ਹਾਂ ਠੀਕ ਹੈ ਭੋਲੀ ਹਾਂ ਭੋਲੀ ਹੱਸ ਵੀ ਠੀਕ ਹੈ ਤੇ ਕਿੱਥੋਂ ਬਿਲੋਂਗ ਕਰਦੇ ਹੋ ਬਾਈ ਮੈਂ ਬਟਾਲੇ ਭੁੱਲਰ ਪਿੰਡ ਤੋਂ ਬਾਈ ਭੁੱਲਰ ਪਿੰਡ ਤੋਂ ਹਾਂਜੀ ਇਹ ਸਟਾਈਲ ਆਸਟ੍ਰੇਲੀਆ ਅਮਰੀਕਾ ਵਾਲਾ ਜੀ ਸਿਡਨੀ ਵਾਲਾ ਹੈ ਰੀਸ ਤਾਂ ਕਰਨੀ ਪੈਂਦੀ ਯਾਰ ਵੇਖ ਕੇ ਨਾ ਠੀਕ ਹੈ ਠੀਕ ਹੈ ਤੇ ਕੁੜੀ ਕਿੱਧਰ ਹੀ ਲੱਭਣੀ ਆਪਾਂ ਬਾਹਰ ਦੀ ਕੁੜੀ ਦੇ ਕੌਣ ਕੌਣ ਆਉਂਦਾ ਮੁੰਡਾ ਸਾਰਾ ਬਟਾਲਾ ਫਿਰਦਾ ਰਹਿੰਦਾ ਇਹਨੂੰ ਕਿੰਨੇ ਕੁੜੀ ਦੇਣੀ ਆ ਫਿਰ ਤੇ ਆਪਣਾ ਮਾੜਾ ਹੈ ਇੰਪ੍ਰੈਸ਼ਨ ਲਾਉ ਨਾ ਕੋਈ ਨਹੀਂ ਹੋ ਜਾਊਗਾ ਬਾਬੇ ਦੇ ਰੱਖਿਓ ਭਰੋਸਾ ਤੇ ਬੋਲੀ ਸੁਣਾਓਗੇ ਗੀਤ ਹਾਂ ਜੀ ਬੋਲੀ ਸੁਣਾਓ ਆ ਜਾਓ ਬਾਈ ਉਹ ਬਰਗਰ ਪੀਜੇ ਬੜੇ ਖਵਾਏ ਵਿੱਚ ਕਮਾਇਆ ਗੱਡੀਆਂ ਨੀ ਤੇਰੇ ਸ਼ੌਂਕ ਲਈ ਵੇਚੇ ਮੁਰੱਬੇ ਨੀ ਤੇਰੇ ਸ਼ੌਂਕ ਲਈ ਵੇਚੇ ਮੁਰੱਬੇ ਨਾ ਨੀਤਾਂ ਤੇਰੀਆਂ ਰੱਜੀਆਂ ਨੀ ਕੀ ਆਇਆ ਤੈਨੂੰ ਰਿਸ਼ਤਾ ਬਾਹਰੋਂ ਨੀ ਕੀ ਆਇਆ ਤੈਨੂੰ ਰਿਸ਼ਤਾ ਬਾਹਰੋਂ ਫੁੱਲ ਕੀ ਪੁਰਾਣੀਆਂ ਲੱਗੀਆਂ ਨੀ ਫੱਟ ਲਈ ਕਨੇਡਾ ਨੇ ਘੜੀ ਫੇਰ ਗਈ ਅੱਖੀਆਂ ਨੀ ਫੱਟ ਲਈ ਕਨੇਡਾ ਨੇ ਘੜੀ ਫੇਰ ਗਈ ਅੱਖੀਆਂ ਨੀ ਫੱਟ ਲਈ ਕਨੇਡਾ ਨੇ ਕੀ ਨਾਮ ਹੈ ਜੀ ਭਾਈ ਆਪਣਾ ਨਾਮ ਗੁਰਵਿੰਦਰ ਗਿੱਲ ਗੁਰਵਿੰਦਰ ਗਿੱਲ ਕਿੱਥੋਂ ਬਿਲੋਂਗ ਕਰਦੇ ਹੋ ਜੀ ਆਪਾਂ ਜੀ ਰੈਲੀ ਭੰਗਾਲੀ ਤੋਂ ਬਿਲੋਂਗ ਕਰੀਦਾ ਜੀ ਰੈਲੀ ਭੰਗਾਲੀ ਇਹ ਪਿੰਡ ਦਾ ਨਾਮ ਹੈ ਹਾਂਜੀ ਗੁੱਡ ਗੁੱਡ ਬਾਈ ਤੇ ਮੈਨੂੰ ਪਤਾ ਲੱਗਿਆ ਕਿ ਬਾਈ ਤੁਸੀਂ ਵਧੀਆ ਕਮੇਡੀ ਪੇਸ਼ ਕਰਦੇ ਹੋ ਕਿ ਮਮਿਕਰੀ ਕਰਦੇ ਹੋ ਬਸ ਕਰੀਦੀ ਮਾਨ ਜਾਣੀ ਕਰੀਦਾ ਨਾ ਠੀਕ ਹੈ ਕਰੋ ਫਿਰ ਬਾਈ ਨੀ ਬੜਾ ਟਾਈਮ ਸੀ ਕਲਹਿਣਾ ਉਹ ਦਵਲੜੇ ਮੈਨੂੰ ਅੱਜ ਵੀ ਅਜੇ ਤੇ ਉਹ ਰਾਤ ਨੀ ਪਰ ਬੱਤੀ ਵਾਲਾ ਸੁੱਚ ਪਹਿਲਾਂ ਕੱਟ ਕੇ ਨੀ ਕੰਧ ਟੱਪੀ ਮੈਂ ਵੀ ਬੜੇ ਚਾਵਾਂ ਨਾਲ ਸੀ ਨੀ ਮੈਨੂੰ ਪਤਾ ਨੀ ਸੀ ਕਰਦੇ ਸੀ ਜਾਗਦੇ ਮੇਰੇ ਪੈਂਦਿਆਂ ਹੀ ਲੀੜੇ ਉਹਨਾਂ ਪਾਲੇ ਸੀ ਗੁੱਟ ਪੈਂਦੀ ਮੇਰੇ ਦੂਰੋਂ ਦੂਰੋਂ ਦੇਖ ਕੇ ਤੂੰ ਤਾਂ ਸੋਹਣੀਏ ਨੀ ਲੁੱਟਦੀ ਨਜ਼ਾਰੇ ਸੀ ਨੀ ਮੈਨੂੰ ਅੱਜ ਵੀ ਅਜੇ ਤਾਂ ਪੈੜੇ ਦਿਨ ਦਾ ਨੀ ਮੱਥਾ ਕਰ ਦਿੱਤਾ ਮੇਰਾ ਨੀਲੇ ਰੰਗ ਦਾ ਨੀ ਤੇਰੀ ਬੇਬੇ ਵੀ ਸੀ ਥਾਪੀਆਂ ਉਹ ਮਾਰਦੀ ਹੱਥ ਜੋੜ ਕੇ ਮੈਂ ਮਾਫੀਆਂ ਸੀ ਮੰਗਦਾ ਨੀ ਮੈਨੂੰ ਲੱਗਦਾ ਸੀ ਗੋਡੇ ਮੇਰੇ ਟੁੱਟ ਗਏ ਉਹਨਾਂ ਖਿੱਚ ਖਿੱਚ ਬੈਸ ਬੋਲ ਮਾਰੇ ਸੀ ਨੀ ਗੁੱਟ ਪੈਂਦੀ ਮੇਰੇ ਦੂਰੋਂ ਦੂਰੋਂ ਦੇਖ ਕੇ ਤੂੰ ਤਾਂ ਸੋਹਣੀਏ ਨੀ ਲੁੱਟਦੀ ਨਜ਼ਾਰੇ ਸੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂਜੀ ਹਾਂਜੀ ਹੋ ਡੂੰਗਾ ਚੌਲਾਂ ਦਾ ਵੀ ਹੁੰਦਾ ਬਿੱਲੋ ਘੱਟ ਨੀ ਤੂੰ ਖਾ ਕੇ ਦਈ ਗਈ ਐ ਚਮ ਚਾਹ ਵੀ ਚਟਨੀ ਨੀ ਤੇਰੇ ਹੱਥਾਂ ਵਿੱਚ ਥਾਲ ਹੋ ਤੂੰ ਤਾਂ ਕਰ ਗਈ ਕਮਾਲ ਨੀ ਕਿਲੋ ਚੁੱਕ ਗਈ ਪਨੀਰ ਕੁੜੀਏ ਨੀ ਸਾਰੀ ਫੈਮਿਲੀ ਦਾ ਰਾਚੜ ਖਾ ਜਾਵੇ ਤੇਰੇ ਅੰਦਰ ਕੋਈ ਚੀਜ਼ ਕੁੜੀਏ ਕੀ ਹਾਲ ਚਾਲ ਜੀ ਵਧੀਆ ਤੁਸੀਂ ਸੁਣਾਓ ਮੈਂ ਠੀਕ ਠਾਕ ਜੀ ਇਹ ਕਿਹੜਾ ਵਾਲ ਨਾ ਤਾਂ ਸਿੱਧੇ ਆ ਨਾ ਪੁੱਠੇ
ਸਾਰੇ ਅੱਧੇ ਨਿਕਲੇ ਹੋਏ ਆ ਸੋਹਣੇ ਲੱਗ ਰਹੇ ਹੋ ਪਰ ਹੋਰ ਸੁਣਾਓ ਗੀਤ ਸੁਣਾਓ ਜੀ ਮਨ ਜਾਵੇ ਮੈਨੂੰ ਸ਼ੋਪਿੰਗ ਕਰਾ ਦੇ ਬਾ ਉਹੀ ਕੰਮ ਰੋਮਾਂਟਿਕ ਪਿਕਚਰ ਦਿਖਾ ਦੇ ਅੱਛਾ ਰਿਕੁਐਸਟਾਂ ਪਾਈਆਂ ਵੇ ਫੇਸਬੁੱਕ ਤੇ ਚਿੱਟੀਆਂ ਗਲਾਈਆਂ ਵੇ ਉਹ ਗਰੀ ਤੇਰੀ ਚਿੱਟੀਆਂ ਗਲਾਈਆਂ ਵੇ ਥੈਂਕ ਯੂ ਕਿਹੜਾ ਪਿੰਡ ਹਰਦਾਨ ਤੁਹਾਡੇ ਪਿੰਡ ਦਾ ਕਿਹੜਾ ਇਹੋ ਜਿਹਾ ਕਰੈਕਟਰ ਹੈ ਜਿਹਨੂੰ ਹਰੇਕ ਕੋਈ ਹਰੇਕ ਘਰ ਗਾਲਾਂ ਕੱਢਦਾ ਕੋਈ ਅਮਲੀ ਹੋਵੇ ਕੋਈ ਹੋਰ ਬੰਦਾ ਹੋਵੇ ਹੈਗਾ ਨਾ ਹਾਂ ਤੁਸੀਂ ਵੀ ਗੱਲ ਕਰਦੇ ਉਹਨੂੰ ਮੈਂ ਉਹ ਕੱਢਣੀ ਵਿਚਾਰੇ ਨੂੰ ਅੱਛਾ ਕੀ ਨਾਮ ਕੀ ਉਹਦਾ ਉਹਦਾ ਨਾਂ ਆ ਬੀਰਾ ਸ਼ਰਾਬੀ ਉਹ ਵੀ ਦੇਖਣ ਦੇ ਅੱਜ ਕੀ ਆ ਕੀ ਹਰਕਤ ਕੀ ਕਰਦਾ ਉਹ ਕਰਨਾ ਕੀ ਆ ਸ਼ਾਮ ਨੂੰ ਪੈਗ ਲੱਗਾ ਹੁੰਦਾ ਉਹਦਾ ਤੇ ਸਾਰਿਆਂ ਦੇ ਘਰ ਦੇ ਅੱਗੇ ਗਾਲਾਂ ਗੁਲਾਂ ਕੱਢ ਕੇ ਲੰਘ ਜਾਂਦਾ ਸਵੇਰੇ ਮਾਫੀ ਮੰਗਦਾ ਫਿਰਦਾ ਖੜਕਦੀਆਂ ਨਾ ਆ ਚੰਨੂ ਗੀਤ ਸੁਣਾਓਗੇ ਜ਼ਰੂਰ ਜੀ ਸੁਣਾਓ ਇਹ ਸੌਂਗ ਉਹਨਾਂ ਗੱਲਾਂ ਬਾਰੇ ਆ ਜੋ ਪੰਜਾਬ 'ਚ ਨਾ ਹੁੰਦੀਆਂ ਤਾਂ ਸ਼ਾਇਦ ਸਾਨੂੰ ਬਾਹਰ ਜਾ ਕੇ ਉਹ ਕੰਮ ਨਾ ਕਰਨੇ ਪੈਂਦੇ ਜਿਹੜੇ ਸਾਡੇ ਮੁੰਡਿਆਂ ਨੂੰ ਬਾਹਰ ਜਾ ਕੇ ਕਰਨੇ ਪੈ ਰਹੇ ਆ ਉਹ ਸੋਮਨਾਥ ਦਾ ਮੰਦਰ ਜੇ ਕਿਤੇ ਗਜਨੀ ਲੁੱਟਦਾ ਨਾ ਦੋਗਲਿਆਂ ਦੀ ਸ਼ਹਿਦ ਲੋਹੜ ਜੇ ਹੀਰਾ ਪੁੱਟਦਾ ਨਾ ਲਾਹੌਰ ਤੇ ਅੱਖਾਂ ਹੁੰਦੀਆਂ ਨਾ ਜੇ ਆਂਡ ਗਵਾਂਡ ਦੀਆਂ ਸਾਡੇ ਗੋਰੇ ਪਾਉਂਦੇ ਪੱਠੇ ਮੇਮਾ ਪਾਉਂਦੇ ਮਾਜ ਦੀਆਂ ਸਾਡੇ ਪੋਸ਼ੂਣੀ ਪਾਉਂਦੇ ਪੱਠੇ ਮੇਮਾ ਪਾਉਂਦੇ ਮਾਜ ਦੀਆਂ ਉਹ ਜੇ ਨੜੂਆਂ ਦਾ ਮਰਦਾ ਕੰਮ ਸੀ ਆਇਆ ਕੱਢੇ ਤੇ ਮਹਾਰਾਜਾ ਰਣਜੀਤ ਸਿੰਘ ਨਾ ਪੈਂਦਾ ਮੰਜੇ ਤੇ ਉਹਨਾਂ ਲੋਟੂ ਸਰਕਾਰਾਂ ਸਾਡੇ ਰਾਜ ਨੂੰ ਸਾਂਭਦੀਆਂ ਸਾਡੇ ਗੋਰੇ ਪਾਉਂਦੇ ਪੱਠੇ ਮੇਮਾ ਪਾਉਂਦੇ ਮਾਜ ਦੀਆਂ ਸਾਡੇ ਪੋਸ਼ੂਣੀ ਪਾਉਂਦੇ ਪੱਠੇ ਮੇਮਾ ਪਾਉਂਦੇ ਮਾਜ ਦੀਆਂ ਧੰਨਵਾਦ ਜੀ ਹੋਰ ਕੀ ਹਾਲ ਚਾਲ ਜੀ ਵਧੀਆ ਭਾਜੀ ਚੜ੍ਹਦੀ ਕਲਾ ਤੁਹਾਡਾ ਕਿਹਦੇ 'ਚ ਇੰਟਰਸਟ ਹੈ ਜੀ ਮੇਰਾ ਜੀ ਸੰਗੀਤ ਵਿੱਚ ਸੰਗੀਤ 'ਚ ਸੁਣਾਓ ਫਿਰ ਬਾਈ ਕੁਛ ਇਹ 500 ਤਸਬੀ ਫੂਕ ਮਸੱਲਾ ਇਹ 500 ਤਸਬੀ ਫੂਕ ਮਸੱਲਾ ਬੋਲ ਫਕੀਰਾਂ ਲਈ ਅੱਲਾ ਜਿੱਤਣ ਵਾਲੀ ਸਾਰੀ ਦੁਨੀਆਂ 'ਤੇ ਹਾਰਨ ਵਾਲਾ ਇਕੱਲਾ ਬੋਲ ਫਕੀਰਾਂ ਲਈ ਅੱਲਾ ਦੁਨੀਆਂ ਦਾ ਹਰ ਬੰਦਾ ਮੰਗਦਾ ਕੋਈ ਮਾੜਾ ਮੰਗਦਾ ਕੋਈ ਚੰਗਾ ਮੰਗਦਾ ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਕੋਈ ਰਿੱਧੀਆਂ ਸਿੱਧੀਆਂ ਬੁੱਧ ਮੰਗੇ ਕੋਈ ਗਹਿਣੇ ਹਾਰ ਸ਼ਿੰਗਾਰ ਮੰਗੇ ਕੋਈ ਨਕਦੀ ਕੋਈ ਉਧਾਰ ਮੰਗੇ ਕੋਈ ਡੁੱਬਦੀ ਬੇੜੀ ਪਾਰ ਮੰਗੇ ਕੋਈ ਮੰਗਣ ਵਾਲੀ ਸਾਰੀ ਦੁਨੀਆਂ ਦੇ ਦੇਵਣ ਵਾਲਾ ਇਕੱਲਾ ਬੋਲ ਫਕੀਰਾਂ ਲਈ ਅੱਲਾ ਸ਼ੌਂਕ ਕੀ ਹੈ ਹੋਬੀਜ਼ ਕੀ ਹੈ ਮੈਨੂੰ ਗਾਣਾ ਗਾਣਾ ਬਹੁਤ ਵਧੀਆ ਲੱਗਦਾ ਹਾਂ ਅੱਛਾ ਵਧੀਆ ਲੱਗਦਾ ਫਿਰ ਸੁਣਾਓਗੇ ਅੱਜ ਹਾਂਜੀ ਸੁਣਾਓ ਫਿਰ ਆਜੋ ਆਜੋ ਮੈਨੂੰ ਨੀਂਦ ਨਾ ਆਵੀ ਰਾਤਾਂ ਨੂੰ ਮੈਨੂੰ ਚੈਨ ਨਾ ਆਵੀ ਰਾਤਾਂ ਨੂੰ ਨੀਂਦ ਨਾ ਆਵੀ ਰਾਤਾਂ ਨੂੰ ਮੈਨੂੰ ਚੈਨ ਨਾ ਆਵੀ ਰਾਤਾਂ ਨੂੰ ਆਜੋ ਆਜੋ ਲਾਲ ਲਾਲ ਸੂਟ ਪੀਲੇ ਪੀਲੇ ਫੁੱਲ ਸਤਿ ਸ਼੍ਰੀ ਅਕਾਲ ਜੀ ਪੈਂਦਾ ਮੁੰਡਿਆਂ ਦਾ ਦਿਲ ਡੁੱਲ 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 ਤੁਹਾਡਾ ਸ਼ੋਅ ਬਹੁਤ ਦੇਖਦੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਬਹੁਤ ਵੱਡੀ ਹਾਂਜੀ ਇਹ ਤਾਂ ਛੋਟੀ ਜੀ ਹੈ ਤੂੰ ਇੰਨੀ ਵੀ ਨਾ ਛੋਟੀ ਥੋੜ੍ਹਾ ਇੰਨਾ ਵੀ ਨਹੀਂ ਫਰਕ ਹੈਗਾ ਅੱਛਾ ਜਾਣ ਕੇ ਖੜਦੀ ਵੀ ਹਾਂ ਠੀਕ ਹੈ ਨਹੀਂ ਮੈਂ ਤੇ ਕੰਮ ਠੀਕ ਹੈ ਕੰਮ ਹਾਂ ਠੀਕ ਹੋ ਤੁਸੀਂ ਹੈ ਥੋੜੀ ਹੋਰ ਹੋਣੀ ਚਾਹੀਦੀ ਸੀ ਹਾਂ ਕਿਉਂ ਮੈਂ ਜਾਲੀ ਸਾਹਿਬ ਕਰਨੇ ਬਾਅਦ ਚ ਹਾਂ ਕੀ ਪਤਾ ਲੋਡ ਪੈ ਸਕਦੀ ਆ ਹਾਂ ਜਵਾਕਾਂ ਦੀ ਪਤੰਗਾ ਲਾ ਉਹਨੂੰ ਮੈਂ ਹਾਂਜੀ ਵੀ ਹੋਰ ਲੰਬੇ ਹੋ ਜਾਓ ਹਾਂਜੀ ਗਾਣਾ ਸੁਣਾ ਦਿਓ ਫਿਰ ਠੀਕ ਆ ਬੱਲੇ ਬੱਲੇ ਓ ਸ਼ਾਵਾ ਸ਼ਾਵਾ ਓ ਬੱਲੇ ਬੱਲੇ ਵੀ ਦੱਸ ਕਾ ਦਾ ਮਾਨ ਕਰਦੇ ਸ਼ਾਵਾ ਸ਼ਾਵਾ ਵੀ ਦੱਸ ਕਾ ਦਾ ਮਾਨ ਕਰਦੇ ਤੇਰੇ ਵਰਗੇ ਤੇਰੇ ਵਰਗੇ ਤੇਰੇ ਵਰਗੇ ਫਿਰੜ ਹਜ਼ਾਰਾਂ ਵੀ ਮੈਂ ਕਿਸੇ ਵੱਲ ਚਾਹਤੀ ਵੇ ਮੈਂ ਕਿਸੇ ਵੱਲ ਚਾਹਤੀ ਨਾ ਮਾਰਾਂ ਤੇਰੇ ਪਹਿਲਾਂ ਹੀ ਬੱਚੇ 12 ਦਾ 12 ਜਵਾਰ ਬਹੁਤ ਵੇਟ ਕਰਾਈ ਵੀ ਬਹੁਤ ਜ਼ਿਆਦਾ ਅੱਛਾ ਤਾਂ 12 ਤੁਸੀਂ ਉਧਰ ਭੱਜ ਜਾਂਦੇ ਕਰੀ ਇਧਰ ਭੱਜ ਜਾਂਦੇ ਹੋ ਓ ਸੌਰੀ ਸੌਰੀ ਨਾਲ ਬੱਚੇ ਵੀ ਓਏ ਹੋਏ ਨਹੀਂ ਆ ਮੇਰੇ ਨਹੀਂ ਹੈਗੇ ਸਾਰੇ ਹਾਂ ਤੁਹਾਡੇ ਨਹੀਂ ਹੈਗੇ ਹਾਂ ਦੱਸਦੇ ਆ ਹਾਂ ਬਹੁਤ ਵਧੀਆ ਲੱਗੇ ਗੱਲ ਕਰਕੇ ਕਿਹੜਾ ਯਾਰ ਇੱਥੇ ਜੀ ਨਹੀਂ ਜੀ ਕੋਈ ਨਹੀਂ ਯਾਰ ਕੋਈ ਨਹੀਂ ਹੈਗਾ ਸੌਰੀ ਸੌਰੀ ਸੈਕਿੰਡ ਯਾਰ ਚਲੋ ਠੀਕ ਗੀਤ ਗੂਤ ਵੀ ਆਉਂਦਾ ਹਾਂਜੀ ਸੁਣਾਓ ਜੀ ਫਿਰ ਦੰਦ ਸੋਹਣੇ ਦਾ ਲਵਾ ਕੇ ਕੰਨੀ ਮੁੰਦਰਾ ਪਵਾ ਕੇ ਦੰਦ ਸੋਹਣੇ ਦਾ ਲਵਾ ਕੇ ਕੰਨੀ ਮੁੰਦਰਾ ਪਵਾ ਕੇ ਮੁੰਡਾ ਤੇਰੇ ਪਿੱਛੇ ਘੁੰਮਦਾ ਏ ਬਣ ਥਣ ਕੇ ਫਿਰ ਕੁੜੀ ਜੀ ਇੰਪ੍ਰੈਸ ਹੋ ਹੀ ਜਾਂਦੀ ਹੈ ਤਾਂ ਫਿਰ ਉਹ ਕਹਿ ਹੀ ਦਿੰਦੀ ਹੈ ਆਰੀ 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 ਵੇ ਜਗ ਜਗ ਰਤਾ ਕੱਟਦੀ ਕੁੜੀ ਸੋਹਣਿਆ ਵੇ ਲੜਕਾ ਬਾਰੀ ਸੋਹਣਿਆ ਵੇ ਤੂੰ ਪਟਦੀ ਤੇਰੇ ਉੱਤੜਦੀ ਫਿਰੇ ਤੇਰੇ ਉੱਤੜਦੀ ਫਿਰੇ ਨਾਮ ਤੇਰਾ ਫਿਰ ਜਪਦੀ ਬਹੁਤ ਵਧੀਆ ਕਾਲਜ ਬਾਰੇ ਦੱਸੋ ਕਾਲਜ ਕਿੱਦਾਂ ਦਾ ਸਟਾਫ ਕਿੱਦਾਂ ਦਾ ਬਹੁਤ ਵਧੀਆ ਸਟਾਫ
ਸਟਾਫ ਬਹੁਤ ਵਧੀਆ ਬੱਚੇ ਬੱਚੇ ਬਹੁਤ ਵਧੀਆ ਨੇ ਨਾ ਵੇਖ ਲੈ ਮੈਂ ਲੱਗ ਗਿਆ ਹੋਣਾ ਪਤਾ ਲੱਗ ਗਿਆ ਹੋਣਾ ਪਤਾ ਐਡੇ ਕਿਉਂ ਯਾਰ ਜਿੱਦੀ ਕਿਉਂ ਕੀ ਚੀਜ਼ ਹੈ ਮਜੇ ਵਾਲੇ ਨੇ ਮਜੇ ਵਾਲੇ ਨੇ ਗੁਰਦਾਸਪੁਰ ਪੀਬੀ 06 ਵਾਲੇ ਨੇ ਅੱਛਾ ਇਹ ਮੰਨਦੇ ਨੀ ਕਿਹਦਾ ਕਿਹੜਾ ਕਿਉਂ ਜੱਟ ਬਾਰੇ ਕਵਿਤਾ ਦੇ ਹਾਲਾਤ ਕੀ ਨੇ ਤੈਨੂੰ ਕਿਸ ਤਰ੍ਹਾਂ ਦਰਸਾਇਆ ਜਾ ਰਿਹਾ ਬਿਲਕੁਲ ਜੱਟ ਦਾ ਕੀ ਏ ਭਾਵੇਂ ਮਰੇ ਤੇ ਭਾਵੇਂ ਜੀਏ ਪੀੜ ਇਸ ਦੀ ਨੂੰ ਵਿਸਾਰ ਦਿੱਤਾ ਅਕਸ ਇਸ ਦਾ ਵਿਗਾੜ ਦਿੱਤਾ ਅਖੇ ਜੀ ਇਹ ਕਰੇ ਆਸ਼ਕੀ ਤੇ ਸ਼ਰਾਬਾਂ ਪੀਏ ਜੱਟ ਤਾਂ ਜੱਟ ਏ ਜੱਟ ਦਾ ਕੀ ਏ ਯਾਰ ਮੇਰਾ ਮੈਨੂੰ ਪੁੱਛਦਾ ਤੂੰ ਕਰਦਾ ਕੀ ਹੈ ਮੈਂ ਸਾਡਾ ਕਿਹੜਾ ਕੋ ਮੁੱਲ ਪੈਣਾ ਚਾਹੇ ਬੀਟੈਕ ਬੀਏ ਜੱਟ ਤਾਂ ਜੱਟ ਏ ਜੱਟ ਦਾ ਕੀ ਏ ਮੰਤਰੀ ਦਾ ਕਾਫਲਾ ਜਾ ਰਿਹਾ ਸੀ ਉੱਤੇ ਬੱਤੀ ਲਾਲ ਲੱਗੀ ਏ ਵੱਜੀਆਂ ਬ੍ਰੇਕਾਂ ਰੁਕਿਆ ਕਾਫਲਾ ਬਾਹਰ ਨਿਕਲ ਕੇ ਕਹਿੰਦਾ ਪੀਏ ਸਾਹਿਬ ਜੀ ਇੱਕ ਜੱਟ ਥੱਲੇ ਆ ਗਿਆ ਉਹਦਾ ਚੱਲ ਕੋਈ ਨੀ ਸ਼ੁਕਰ ਰੱਬ ਦਾ ਕੋਈ ਬੰਦਾ ਤਾਂ ਨਹੀਂ ਏ ਜੱਟ ਤਾਂ ਜੱਟ ਏ ਜੱਟ ਦਾ ਕੀ ਏ ਬਹੁਤ ਸੋ ਜਿਵੇਂ ਗਾਣੇ 'ਚ ਬਈ ਜੱਟਾਂ ਦਾ ਅਕਸਰ ਵਿਗਾੜਿਆ ਜਾਂਦਾ ਵੀ ਨਹੀਂ ਸ਼ਰਾਬਾਂ ਜੇ ਬੋ ਸੋ ਬਾਈ ਨੇ ਬਹੁਤ ਸੱਚਾ ਮੈਸੇਜ ਦਿੱਤਾ ਘਰ ਪਰਿਵਾਰ 'ਚ ਕੌਣ ਕੌਣ ਅਸੀਂ ਜੁਆਇੰਟ ਫੈਮਿਲੀ 'ਚ ਰਹਿੰਦੇ ਜੁਆਇੰਟ ਫੈਮਿਲੀ ਹਾਂਜੀ ਕੌਣ ਕੌਣ ਹੈ ਫਿਰ ਮੇਰੇ ਪਾਪਾ ਮੰਮੀ ਚਾਚਾ ਜੀ ਚਾਚੀ ਜੀ ਮੇਰੇ ਬ੍ਰਦਰ ਹਾਂਜੀ ਸਿਸਟਰ ਹਾਂ ਕਜ਼ਨ ਹਾਂ ਇੱਕ ਕਜ਼ਨ ਸਿਸਟਰ ਇਹਦਾ ਵੱਧਦਾ ਜਾਂਦਾ ਫਿਰ ਮੇਰੇ ਦਾਦੀ ਜੀ ਅੱਛਾ ਹੋਰ ਦਾਦੀ ਬਸ ਮੈਂ ਹਾਂ ਤੁਸੀਂ ਤੇ ਕਿੰਨੀਆਂ ਰੋਟੀਆਂ ਪਕਦੀ ਹੁੰਦੀ ਰਾਤ ਨੂੰ ਫਿਰ ਪਤਾ ਨਹੀਂ ਅਸੀਂ ਗਿਣ ਕੇ ਨਹੀਂ ਲਾਉਂਦੇ ਅਜੇ ਬਸ ਚੱਕੀ ਚੱਲੋ ਆ ਆਪੋ ਭਾਈ ਚੱਲੋ ਬੜੇ ਹੋਏ ਹੋ ਲਾਲ ਲਾਲ ਜੀ ਤੇ ਗੀਤ ਹੁੰਦਾ ਗੀਤ ਹਾਂਜੀ ਅੱਛਾ ਕਿਹੜਾ ਸੁਣਾਓ ਫਿਰ ਫੋਨ 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 ਇਹ ਕਿਹਦਾ ਸੁਪ੍ਰੀਤ ਕੌਰ ਕਿਹੜੀ ਹੈ ਫੋਨ ਤੁਹਾਡਾ ਅਜੇ ਫੜਿਆ ਤੂੰ ਹੈ ਅੱਛਾ ਇਹਨੂੰ ਇਹ ਵੀ ਚੱਲ ਟੀਵੀ ਤੇ ਆਵਾਂਗੇ ਐਪਲ ਪਤਾ ਲਾ ਜੂ ਐਪਲ ਹੁਣ ਕੀ ਚੁਗਲੀਆਂ ਕਰੀ ਜਾਂਦੇ ਯਾਰ ਬੜਾ ਕਿਤੇ ਮੋਤੀਆਂ ਜੇ ਪਰੋਇਆ ਨਾ ਨੀ ਸਿਮਰ ਬਹੁਤ ਸੋਹਣਾ ਨਾ ਤੁੱਕ ਟੁੱਟੀ ਤੋੜ ਮੋੜ ਕੇ ਤੇ ਸੁੱਟੋਗੇ ਤਾਂ ਨਹੀਂ ਤੁਹਾਡੇ ਗੱਲ ਨੂੰ ਜੇ ਗਾਨੀ ਲੈ ਦਿਆ ਸੋਹਣਿਓ ਨਾਰਾਜ਼ ਕਿਤੇ ਨਹੀਂ ਗੱਲ ਦਿਲ ਦੀ ਜੇ ਇੱਕ ਕਹਿ ਦਿਆ ਹੋਰ ਕੀ ਨਾਮ ਕੁਨਾਲ ਸ਼ਰਮਾ ਕੁਨਾਲ ਸ਼ਰਮਾ ਕਿੱਥੋਂ ਬਿਲੋਂਗ ਕਰਦੇ ਹੋ ਬਟਾਲੇ ਤੋਂ ਸੁਣਾਓ ਫਿਰ ਗੀਤ ਨਾਮੁਮਕਿਨ ਜੈਸੀ ਕੋਈ ਵੀ ਚੀਜ਼ ਨਹੀਂ ਜੋ ਖੁਦ ਨਾ ਬਣੇ ਵੋ ਕੋਈ ਵੀ ਨਸੀਬ ਨਹੀਂ ਮਿਲੇਗੀ ਮੰਜ਼ਿਲ ਚਾਹੇ ਕਰੀਬ ਨਹੀਂ ਮੈਂ ਹੂੰ ਦਿਲ ਕਾ ਅਮੀਰ ਭਾਈ ਗਰੀਬ ਨਹੀਂ ਕੋਈ ਵੀ ਲਕੀਰ ਨਹੀਂ ਐਸੀ ਜੋ ਕਹਿ ਜੋ ਤੁਝੇ ਤੇਰੀ ਤਕਦੀਰ ਨਹੀਂ ਅਗਰ ਉਹੀ ਤੇਰੀ ਹਾਰ ਤੋ ਮਾਨ ਲੈ ਇਹ ਬਾਤ ਬੰਦਾ ਤੂੰ ਹੀ ਜ਼ਿੰਮੇਦਾਰ ਕੋਈ ਹੋਰ ਨਹੀਂ ਕਹਤੇ ਹੈ ਗੀਤ ਯਹੀ ਨਏ ਜ਼ਮਾਨੇ ਕੀ ਹੈ ਦੇਖੋ ਨਈ ਰੀਤ ਯਹੀ ਜੋ ਕੁਝ ਚਾਹੇਗਾ ਤੋ ਵੋ ਵੀ ਪਾ ਜਾਏਗਾ ਕਰ ਖੁਦ ਪੇ ਯਕੀਨ ਪਾਣੀ ਹੋ ਕਮ ਕੰਕਰ ਸੇ ਨਿਕਾਲ ਏੜੀ ਕਾ ਪਸੀਨਾ ਆਪਣੇ ਸੁਰ ਸੇ ਨਿਕਾਲ ਬਸ ਕਰ ਬਾਤਚੀਤ ਅਬ ਰਾਤ ਕਈ ਵੀ ਤੇਰੇ ਸਾਹਮਣੇ ਸਵੇਰਾ ਤੇਰੇ ਸਾਹਮਣੇ ਅਜੀਤ ਬਹੁਤ ਵਧੀਆ ਤੇਰੇ ਸਾਹਮਣੇ ਸਵੇਰਾ ਤੇਰੇ ਸਾਹਮਣੇ ਅਜੀਤ ਨਵੇਂ ਜੇ ਸ਼ਲਾਰੂਆਂ ਦੀ ਟੋਲੀ ਨੀ ਦੇਖੀ ਕਿਦਾਂ ਧੂੜ ਚੱਟ ਦੀ ਉਹ ਤੇਰੀ ਸੋਹਣੀਏ ਗਵਾਹੀ ਬੁੱਧਵਾਰ ਨੂੰ ਨੀ ਪਿੱਠ ਨਾਲ ਲਵਾ ਦੀ ਜੱਟ ਦੀ ਉਹ ਤੇਰੀ ਸੋਹਣੀ
ਬੁੱਧਵਾਰ ਨੂੰ ਨੀ ਪਿੱਠ ਨਾ ਲਵਾ ਦੀ ਜੱਟ ਦੀ ਤਰੋਣ ਕਹਿੰਦੇ ਲੱਗਦੀ ਰਹਿਣਗੇ ਜੀ ਮਿਲਦੇ ਆ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਕੰਟੀਨੀ ਮੰਡੀਰ ਦੇ ਵਿੱਚ ਜਿਨ੍ਹਾਂ ਨੇ ਬਾਈ ਹੁਣੇ ਹੁਣੇ ਟੀਵੀ ਸੈੱਟ ਔਨ ਕੀਤਾ ਦੱਸ ਦਈਏ ਅਸੀਂ ਹੈਗੇ ਹਾਂ ਜੀ ਮੱਝ ਦੇ ਵਿੱਚ ਸ਼ਹਿਰ ਬਟਾਲਾ ਅਤੇ ਕਾਲਜ ਬਹੁਤ ਹੀ ਫੇਮਸ ਕਾਲਜ ਬਹੁਤ ਹੀ ਪੁਰਾਣਾ ਕਾਲਜ ਬੇਰਿੰਗ ਕਾਲਜ ਬਟਾਲਾ ਸਤਿ ਸ਼੍ਰੀ ਅਕਾਲ ਜੀ ਏਪੀ ਕਿੱਦਾਂ ਆਂਧਰਾ ਪ੍ਰਦੇਸ਼ ਅੰਮ੍ਰਿਤਪਾਲ ਨਾ ਅੱਛਾ ਅੰਮ੍ਰਿਤਪਾਲ ਇਹ ਕਿੱਧਰ ਏਪੀ ਅੱਛਾ ਸ਼ੋਰਟ ਫਾਰਮ ਕੁੜੀਆਂ ਪਿਆਰ ਨਾਲ ਕਹਿੰਦੀਆਂ ਹਾਏ ਮੁੰਡਾ ਹੋਵੇ ਤਾਂ ਏਪੀ ਵਰਗਾ ਹੈ ਘਰਦਿਆਂ ਨੇ ਰੱਖ ਦਿੱਤਾ ਚਾਹ ਨਾਲ ਨਾ ਠੀਕ ਹੈ ਠੀਕ ਹੈ ਘਰਦਿਆਂ ਨੂੰ ਚਾਹ ਹੁੰਦਾ ਤੇ ਸੁਣਾਓ ਫਿਰ ਗੀਤ ਚੰਡੀਗੜ੍ਹ ਗੁੰਦੀਆਂ ਨੇ ਦਿਲਾਂ ਦੀਆਂ ਚੋਰੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਘੁੰਮਦੀਆਂ ਜੋੜੀਆਂ ਚੰਡੀਗੜ੍ਹ ਗੁੰਦੀਆਂ ਨੇ ਦਿਲਾਂ ਦੀਆਂ ਚੋਰੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਘੁੰਮਦੀਆਂ ਗੋਰੀਆਂ ਉਹ ਡਾਕੇ ਵੱਜਦੇ ਦਿਲਾਂ ਤੇ ਸ਼ਰਿਆ ਮਿੱਤਰੋ ਵੱਜਦੇ ਦਿਲਾਂ ਤੇ ਸ਼ਰਿਆ ਮਿੱਤਰੋ ਆਸ਼ਕੀ ਦੇ ਅੱਡੇ ਆਸ਼ਕੀ ਦੇ ਅੱਡੇ ਯਾਰ ਹੋਰ ਵੀ ਬਥੇਰੇ ਪਰ ਚੰਡੀਗੜ੍ਹ ਬਹੁਤਾ ਬਦਨਾਮ ਮਿੱਤਰ ਆਸ਼ਕੀ ਦੇ ਅੱਡੇ ਯਾਰ ਹੋਰ ਵੀ ਬਥੇਰੇ ਪਰ ਚੰਡੀਗੜ੍ਹ ਬਹੁਤਾ ਬਦਨਾਮ ਮਿੱਤਰ ਚੰਡੀਗੜ੍ਹ ਬਹੁਤਾ ਬਦਨਾਮ ਮਿੱਤਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਜੀ ਵਧੀਆ ਤੇ ਤੁਸੀਂ ਦੱਸੋ ਬਾਈ ਕਿਹੜਾ ਈਅਰ ਹੈ ਤੁਹਾਡਾ ਮੇਰਾ ਜੀ ਫਾਈਨਲ ਈਅਰ ਹੈ ਬੀਏ ਓਕੇ ਜੀ ਹਾਂਜੀ ਕਾਲਜ ਕਿੱਦਾਂ ਲੱਗਿਆ ਬਾਈ ਕਿਹੜੇ ਕਿਹੜੇ ਸਬਜੈਕਟ ਹੈ ਕਿਹੜੇ ਕਿੱਦਾਂ ਟੀਚਰ ਹੈ ਮਾਹੌਲ ਕਿੱਦਾਂ ਦਾ ਕਾਲਜ ਦਾ ਮਾਹੌਲ ਤਾਂ ਅਸੀਂ ਦੇਖ ਲਿਆ ਮਾਹੌਲ ਤਾਂ ਤੁਸੀਂ ਦੇਖ ਲਿਆ ਕਾਲਜ ਦਾ ਕਿੱਦਾਂ ਦਾ ਵਾ ਬਾਕੀ ਟੀਚਰ ਵੀ ਸਾਰੇ ਬਹੁਤ ਵਧੀਆ ਵਾ ਹਾਂਜੀ ਹਾਂਜੀ ਤੇ ਜਿਹੜੇ ਸਬਜੈਕਟ ਹੈ ਮੇਰੇ ਕੋਲ ਪੰਜਾਬੀ ਇੰਗਲਿਸ਼ ਹਿਸਟਰੀ ਫਿਜ਼ੀਕਲ ਤੇ ਪੋਲ ਸਾਇੰਸ ਪੋਲੀਟੀਕਲ ਜ਼ਿਆਦਾਤਰ ਮੇਰਾ ਇੰਟਰਸਟ ਪੋਲੀਟੀਕਲ 'ਚ ਰੱਖਦਾ ਵਾ ਓਕੇ ਜੀ ਹਾਂਜੀ ਹਾਂਜੀ ਮੈਂ ਕੁਛ ਅਗਰ ਮੈਂ ਜੇ ਪੋਲੀਟੀਕਲ ਦੇ ਵਿੱਚ ਆਇਆ ਤਾਂ ਮੈਂ ਬਹੁਤ ਕੁਛ ਚੇਂਜ ਕਰਾਂਗਾ ਹਾਂਜੀ ਹਾਂਜੀ ਬਾਈ ਸੁਣਾਓ ਕੁਛ ਕੋਈ ਸ਼ੌਕ ਮੈਂ ਸ਼ੇਅਰ ਸੁਣਾਉਣਾ ਜਾਂ ਕੁੜੀਆਂ ਦੇ ਆ ਅੱਛਾ ਜੀ ਫੁਕਰੀ ਤਾਂ ਮੇਰੇ ਖੂਨ ਵਿੱਚ ਨਹੀਂ ਫੁਕਰੀ ਤਾਂ ਮੇਰੇ ਖੂਨ ਵਿੱਚ ਨਹੀਂ ਉਹ ਗਲਤ ਅੰਦਾਜ਼ਾ ਲਾ ਗਈ ਗੱਲ ਤਾਂ ਮੈਂ ਕਰ ਲੈਂਦਾ ਪਰ ਜ਼ਿਆਦਾ ਐਟੀਟਿਊਡ ਵਿਖਾ ਗਈ ਨੀ ਕੁੜੀਏ ਤੂੰ ਉਮਰ 'ਚ ਛੋਟੀ ਏ ਐਵੇਂ ਨਾ ਬਹੁਤਾ ਸੜਿਆ ਕਰ ਅੱਛਾ ਛੋਟੀ ਪਸੰਦ ਹੈ ਨਹੀਂ ਗੋਡੇ ਕੰਮ ਮੈਂ ਵੀ ਛੋਟਾ ਹੀ ਹਾਂ ਆਹ 16 ਦਾ 13 ਦੀ ਨਵੇਂ ਨਵੇਂ ਆਸ਼ਕੀ ਦੇ ਕਬੂਤਰ ਹਾਂਜੀ ਉਮਰ 'ਚ ਕੁੜੀ ਏ ਛੋਟੀ ਏ ਐਵੇਂ ਨਾ ਬਹੁਤਾ ਸੜਿਆ ਕਰ ਤੇਰੇ ਵੀ ਪੱਲੇ ਕੁਝ ਪੈ ਜਾਊਗਾ ਸੰਧੂ ਦਾ ਪੇਜ ਸਟੇਟਸ ਨੂੰ ਪੜਿਆ ਕਰ ਮੈਂ ਨਹੀਂ ਮਾੜਾ ਕਹਿੰਦਾ ਇੱਥੇ ਸਭ ਖਰੀਆਂ ਤੋਂ ਖਰੀਆਂ ਨੇ ਜੇ ਮੇਰੇ ਵਰਗੇ 36 ਨੇ ਤੇਰੇ ਵਰਗੀਆਂ ਬੜੀਆਂ ਨੇ ਹਾਂ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਕੀ ਹਾਲ ਚਾਲ ਜੀ ਠੀਕ ਠਾਕ ਕਿੱਥੋਂ ਬਿਲੋਂਗ ਕਰਦੇ ਹੋ ਸਾਡਾ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਹਾਂਜੀ ਠੀਕ ਹੈ ਠੀਕ ਹੈ ਕਿਹੜਾ ਈਅਰ ਹੈ ਬਾਈ ਇੱਥੇ ਹਾਂਜੀ ਫਸਟ ਏਡ ਸ਼ੌਂਕ ਕਿਹੜਾ ਸ਼ੌਂਕ ਕੀ ਹੈ ਸ਼ੌਂਕ ਸਰ ਗਾਉਣ ਦਾ ਜੀ ਬਸ ਗਾਉਣ ਦਾ ਹੀ ਹੈ ਕਰਦੇ ਹੀ ਕਰਦੇ ਹੈ ਕਰਦੇ ਸਰ ਕੋਈ ਨਹੀਂ ਵਿਹਲੇ ਹੁੰਦੇ ਸਾਰੇ ਹੀ ਸਾਰੇ ਹੀ ਵਿਹਲੇ ਨਾ ਠੀਕ ਹੈ ਕੰਮ ਹੈ ਨਾ ਹਰੇਕ ਬੰਦਾ ਕੰਮ ਕਰੀ ਜਾਂਦਾ ਦੁਨੀਆ ਬਹੁਤ ਬਿਜ਼ੀ ਹੋ ਗਈ ਹੈ ਵਿਹਲੇ ਹੁੰਦੇ ਕੋਈ ਟੱਬਰ ਵਿਹਲਾ ਵੀ ਹੋਣਾ ਚਾਹੀਦਾ ਸੋ ਇਹ ਵਿਹਲਿਆਂ ਦੇ ਟੱਬਰ 'ਚੋਂ ਭਾਜੀ ਵਿਹਲੇ ਸਿੰਘ ਜੀ ਆ ਜਾਂਦੇ ਨਾ ਬਹੁਤ ਵਧੀਆ ਸੋ ਸੁਣਾਓ ਜੀ ਵਿਹਲੇ ਸਿੰਘ ਜੀ ਗੀਤ ਅੱਖ ਨਾਲ ਅੱਖ ਤੂੰ ਮਿਲਾਉਣੋਂ ਹਟ ਜਾ ਅੰਕਣੇ ਜੀ ਬਣ ਮੂਰੇ ਆਉਣੋਂ ਹਟ ਜਾ ਫੇਰ ਨਾ ਕਹੀਂ ਕੋਈ ਐਵੇਂ ਸੱਟ ਕਰ ਲਊ ਤੱਕਿਆ ਨਾ ਕਰ ਟੇਡੀ ਟੇਡੀ ਤੱਕਣੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਤੁਸੀਂ ਦੱਸੋ ਗੋਪੀ ਦੇ ਫੁੱਲ ਵਰਗਾ ਹਾਂ ਗੋਲ ਹਾਂ ਠੀਕ ਹੈ ਮਟਕਾ ਚੌਂਕ ਵੀ ਲੱਗਦਾ ਵੈਸੇ ਚਲੋ ਜੋ ਮਰਜ਼ੀ ਬਣਾ ਲਓ ਹੁਣ ਤੁਹਾਡੀ ਵਾਰੀ ਹੈ ਨਹੀਂ 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 ਤੁਹਾਡੀ ਵਾਰੀ ਵੀ ਆਊਗੀ ਜ਼ਰੂਰ ਤੁਹਾਡੀ ਵਾਰੀ ਆਊਗੀ ਜਿੱਦਣ ਵਿਆਹ ਹੋਗਿਆ ਤੁਹਾਡੀ ਵਾਰੀ ਹੈ ਨਾਲ ਹੀ ਗੋਡਾ ਲੈ ਕੇ ਨੱਪ ਲਿਆ ਕਰੋ ਉਹਨੂੰ ਹੈ ਕਿ ਨਹੀਂ ਪੂਰਾ ਬਸ ਸਾਡੀ ਤਾਂ 25-26-27 ਸਾਲ ਤੱਕ ਹੀ ਵਾਰੀ ਰਹਿੰਦੀ ਹੈ ਮੁੜ ਕੇ ਤਾਂ ਫਿਰ ਉਹਦੀ ਤੁਹਾਡੀ ਹੁੰਦੀ ਹੈ ਵਾਰੀਆਂ ਬੁਰੀਆਂ ਤਾਂ ਉਹ ਤਾਂ ਵਿਚਾਰਾ ਐਂ ਕਰ ਦਿੰਦਾ ਕਿ ਖਾਏ ਕੀ ਸੁਣਾਓਗੇ ਜੀ ਹਾਂਜੀ ਮੈਂ ਤੁਹਾਡੇ 2-3 ਲੈਣਾ ਸੁਣਾ ਦਾਂਗੀ ਗੱਲ ਹੈ ਜੀ ਆਪਣੇ ਅੱਜ ਕੱਲ੍ਹ ਦੇ ਜਿੱਦਾਂ ਮੈਂ ਵਾਂ ਇੱਦਾਂ ਸਾਰੇ ਜਾਣੇ ਜਿੱਦਾਂ ਮੇਰੇ ਫਰੈਂਡਸ ਆ ਗੁਰਮਤਿ ਜੇ ਗੱਲ ਨਹੀਂ ਕਰਨੀ ਗੱਲ ਸੱਭਿਆਚਾਰ ਦੀ ਕਰ ਲਈਏ ਗੁਰਮਤਿ ਜੇ ਗੱਲ ਨਹੀਂ ਕਰਨੀ ਗੱਲ ਸੱਭਿਆਚਾਰ ਦੀ ਕਰ ਲਈਏ ਗੁਰੂ ਘਰ ਦਾ ਜੇ ਲੜਨੀ ਫੜਨਾ ਆਪਣੇ ਫਰਜ਼ਾਂ ਦਾ ਹੀ ਫੜ ਲਈਏ ਅੱਜ ਕੱਲ੍ਹ ਸਾਡੇ 'ਤੇ ਆਈ ਨਵੀਂ ਜਵਾਨੀ ਹੈ ਅੱਜ ਕੱਲ੍ਹ ਸਾਡੇ 'ਤੇ ਆਈ ਨਵੀਂ ਜਵਾਨੀ ਹੈ ਲੱਗਦੀ ਅੱਤ ਹਰ ਕੁੜੀ ਬਗਾਨੀ ਹੈ ਕੁੜੀਆਂ ਦਾ ਵੀ ਬੁਰਾ ਹਾਲ ਹੈ ਕੁੜੀਆਂ ਦਾ ਵੀ ਕੰਮ ਖਰਾਬ ਹੈ ਘਰ ਹੋਰ ਕਾਲਜ ਹੋਰ ਹਾਲ ਹੈ ਵੈਸੇ ਤਾਂ ਸਾਡਾ ਦਿਲ ਦਰਿਆ ਹੈ ਭਾਵੇਂ ਬਾਪੂ ਦੇ ਸਿਰ ਕਰਜ਼ਾ ਹੀ ਚੜਿਆ ਹੈ ਭਾਵੇਂ ਬਾਪੂ ਦੇ ਸਿਰ ਕਰਜ਼ਾ ਹੀ ਚੜਿਆ ਹੈ ਥੈਂਕ ਯੂ ਸੋ ਮਚ ਮੋਟੇ ਮੋਟੇ ਚਸ਼ਮੇ ਲਾਏ ਹੋਏ ਨੇ ਟ੍ਰੈਂਡ ਹੈ ਭਾਜੀ ਟ੍ਰੈਂਡ ਹੈ ਪ੍ਰਾਹੁਣੇ ਸਾਡੇ ਨਾਲ ਆਏ ਹੋਏ ਨੇ ਕੀ ਬਾਤ ਹੈ ਕੀ ਬਾਤ ਹੈ ਕੀ ਸੁਣਾਓਗੇ ਮੈਂ ਇੱਕ ਗੀਤ ਲਿਖਿਆ ਸੀਗਾ ਆਪਣੀ ਤੇ ਪੜਤਾ ਫਿਰ ਨਹੀਂ ਨਹੀਂ ਅਜੇ ਵੀ ਵਸਦਾ ਯਾਰ ਵਸਦਾ ਸੁਣਾਓ ਕਹਿੰਦੀ ਨਲਾਇਕ ਜਿਹਾ ਲੱਗਦਾ ਨਾ ਪੜਦਾ ਹੋਣਾ ਆ ਸ਼ਕਲੋਂ ਤਾਂ ਨਹੀਂ ਲੱਗਦਾ ਕਿ ਕਲਾਸ 'ਚ ਵੜਦਾ ਹੋਣਾ ਆ ਪਰ ਦੇਖ ਚੜਾਈ ਮਿੱਤਰਾਂ ਦੀ ਨਹੀਂ ਤੇਰਾ ਦਿਲ ਨਿਰਾਸ਼ ਹੋ ਗਿਆ ਤੂੰ ਬੀਏ 'ਚ ਰਹਿ ਗਈ ਫਿਰ ਤੋਂ ਤੇ ਯਾਰ ਤੇਰਾ ਪਾਸ ਹੋ ਗਿਆ
ਬਹੁਤ ਅੱਛਾ ਬਤਰਾ ਜੋ ਵੇਖਣਾ ਸਿਖਾਉਂਦੀ ਸੀ ਤੁਸ਼ਾਰ ਬਤਰਾ ਫਿਰ ਨਾ ਆਇਆ ਭਾਜੀ ਵੇਖਣਾ ਸਿਖਾਉਂਦੀ ਸੀ ਹੁਣ ਪਿੱਛੇ ਪਿੱਛੇ ਘੁੰਮਦੀ ਆ ਜਿਹੜਾ ਗੁਲਾਬ ਸੀ ਇੱਕ ਵਾਰ ਦਿੱਤਾ ਕਿਤਾਬ ਚੋਂ ਕੱਢ ਕੱਢ ਕੇ ਚੁੰਮਦੀ ਆ ਅਖੀਰ ਪੂਰੇ ਸਮੈਸਟਰ ਬਾਅਦ ਨੀ ਤੈਨੂੰ ਪਿਆਰ ਦਾ ਅਹਿਸਾਸ ਹੋ ਗਿਆ ਜਦੋਂ ਤੂੰ ਬੀ ਏ ਚ ਰਹਿ ਗਈ ਫਿਰ ਤੋਂ ਤੇ ਬਤਰਾ ਬੀ ਕੌਮ ਚ ਪਾਸ ਹੋ ਗਿਆ ਬਹੁਤ ਅੱਛਾ ਬਤਰਾ ਸਾਹਿਬ ਤਰੱਕੀ ਕਰੋ ਲਾਤੇ ਓ ਲਾਮੇ ਜਾ ਜਾਂਦੇ ਨਹੀਂ ਓ ਸਾਂਬੇ ਬੇਰ ਟੀਸੀ ਵਾਲਾ ਸਾਡੀ ਚੋਲੀ ਪਾਤਾ ਲਾਤੇ ਓ ਲਾਮੇ ਜਾ ਜਾਂਦੇ ਨਹੀਂ ਓ ਸਾਂਬੇ ਬੇਰ ਟੀਸੀ ਵਾਲਾ ਸਾਡੀ ਚੋਲੀ ਪਾਤਾ ਸੋ ਬਹੁਤ ਫਨ ਪੈ ਰਿਹਾ ਜੀ ਤੇ ਪਤਾ ਨਹੀਂ ਇਹ ਜਾਂ ਤਾਂ ਕਾਦੀ ਡਰਿਆ ਗਿਆ ਜਾਂ ਪਤਾ ਨਹੀਂ ਕੀ ਚੱਕਰ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਭਾਈ ਸਕੂਲੋਂ ਭੱਜਿਆ ਹੋ ਨਹੀਂ ਭਾਈ ਮੈਨੂੰ ਕਿਸੇ ਨੇ ਦੱਸਿਆ ਕਿ ਆਏ ਦੇ ਭਾਜੀ ਹੋਣੇ ਤੇ ਮੈਂ ਤੇ ਘਰੋਂ ਜੀ ਭੱਜਾ ਤੇ ਤੁਹਾਡੇ ਸਾਹਮਣੇ ਚੱਪਲ ਜੀ ਜਾਣਦੇ ਮੈਨੂੰ ਹਾਂਜੀ ਲੈ ਤੁਹਾਡਾ ਸ਼ੋਅ ਤੇ ਪੂਰੀ ਦੁਨੀਆ 'ਚ ਮਸ਼ਹੂਰ ਭਾਈ ਤੁਹਾਨੂੰ ਕਿਤੇ ਭੁੱਲ ਸਕਦੇ ਤੂੰ ਵੀ ਦੇਖਦਾ ਹੈ ਕਿਹੜੀ ਕਲਾਸ ਪੜ੍ਹਦਾ ਬੋਲਦਾ ਕਲਾਕਾਰ ਵਾਂਗੂ ਹੀ ਇਹ ਵੀ ਗੀਤ ਸੁਣਾਏਗਾ ਚੱਲ ਸੁਣਾ ਦੇ ਫਿਰ ਥੋੜਾ ਜਿਹਾ ਬਹੁਤ ਵਧੀਆ ਲੱਗਿਆ ਜੱਫੀ ਵਾਲਾ ਇੱਕ ਸੋ ਸੋਹਣੀਆਂ ਜੀ ਪੱਗਾਂ ਵਾਲੇ ਬਾਈ ਦੋ ਸਰਦਾਰ ਬਾਈ ਮੇਰੇ ਕੋਲ ਖੜੇ ਮੈਂ ਪੁੱਛਦਾ ਗੱਲਬਾਤ ਕਰ ਰਿਹਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਵੀਰੇ ਗੁਰਸਿਮ ਸਿੰਘ ਗੁਰਸਿਮ ਹਾਂਜੀ ਬਾਈ ਦੀਪ ਕੰਵਰ ਵੀਰੇ ਦੀਪ ਕੰਵਰ ਬਾਈ ਔਰ ਬਾਈ ਕਿਹੜਾ ਈਅਰ ਬਾਈ ਤੁਹਾਡਾ ਇੱਥੇ ਇੱਥੇ ਜੀ ਲਾਸਟ ਈਅਰ ਆ ਜੀ ਮੇਰਾ ਲਾਸਟ ਈਅਰ ਕੀ ਸ਼ੌਂਕ ਕੀ ਹੈ ਬਾਈ ਸ਼ੌਂਕ ਸਿੰਗਿੰਗ ਦਾ ਆ ਕਰੋ ਫਿਰ ਬਾਈ ਮਹਿਫਲ ਜੀ ਗਰਮ ਥੋੜੀ ਜੀ ਉਹ ਸੱਸ ਮੇਰੀ ਨੇ ਮੁੰਡੇ ਜੰਮੇ ਅੱਠ ਉਹ ਸੱਸ ਮੇਰੀ ਨੇ ਮੁੰਡੇ ਜੰਮੇ ਅੱਠ ਉਹ ਸੱਤਾਂ ਵਾਰੀ ਆਈ ਪਨੀਰੀ ਅੱਠਵੀਂ ਵਾਰੀ ਬਸ ਫਿਰ ਕੀ ਬਰੇਕਾਂ ਹੁਣ ਲੱਗੀਆਂ ਮੇਰੀ ਸੱਸ ਬਰੇਕਾਂ ਹੁਣ ਲੱਗੀਆਂ ਹੁਣ ਲੱਗੀਆਂ ਮੇਰੀ ਸੱਸ ਬਰੇਕਾਂ ਹੁਣ ਲੱਗੀਆਂ ਹੁਣ ਲੱਗੀਆਂ ਮੇਰੀ ਸੱਸ ਇੱਕ ਹੋਰ ਆ ਸਾਰਿਆਂ ਨੂੰ ਬੋਲੀ ਆਉਂਦੀ ਹੋਣੀ ਆ ਸਾਰਿਆਂ ਨੇ ਨਾਲ ਪਾਉਣੀ ਆ ਠੀਕ ਆ ਗਿੱਧਾ ਪਾ ਲਓ ਨਾਲ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀ ਤੇ ਉਹਦੇ ਘਰ ਦਾਨੀ ਜਦੋਂ ਲੜਦਾ ਤੇ ਲਾਦੇ ਲਾਦੇ ਘਰ ਦਾਨੀ ਜਦੋਂ ਲੜਦਾ ਤੇ ਲਾਦੇ ਲਾਦੇ ਘਰ ਦਾਨੀ ਜਦੋਂ ਲੜਦਾ ਤੇ ਲਾਦੇ ਲਾਦੇ ਇੱਕ ਕੰਪੀਟੀਸ਼ਨ ਵੀ ਹੋ ਜਾਏ ਨਿੱਕਾ ਜਿਹਾ ਮੁੰਡੇ ਇੱਧਰ ਆ ਕੁੜੀਆਂ ਇੱਧਰ ਆ ਹਨਾ ਦੋਵਾਂ ਵੱਲੋਂ ਵੇਖਦੇ ਹਾਂ ਕਿੱਧਰੋਂ ਰਿਸਪੋਂਸ ਜ਼ਿਆਦਾ ਆਉਂਦਾ ਠੀਕ ਹੈ ਘੋੜ ਨਾਲ ਇਸ਼ਕ ਮਿੱਠਾ ਘੋੜ ਨਾਲ ਇਸ਼ਕ ਮਿੱਠਾ ਰੱਬਾ ਲੱਗ ਨਾ ਕਿਸੇ ਨੂੰ ਜਾਵੇ ਘੋੜ ਨਾਲ ਇਸ਼ਕ ਮਿੱਠਾ ਉਹ ਲੱਡੂ ਖਾਲਾ ਬਾਨੀਏ ਦੇ ਉਹ ਲੱਡੂ ਖਾਲਾ ਬਾਨੀਏ ਦੇ ਉਹ ਕੰਨੇ ਚੂਬਲਾ ਜੱਟਾਂ ਦੇ ਬੋਲੇ ਲੱਡੂ ਖਾਲਾ ਬਾਨੀਏ ਦੇ ਉਹ ਖੱਟੀ ਚੁੰਨੀ ਲੈ ਕੇ ਨੀ ਮੈਂ ਧਾਰ ਜੋਣ ਜਾਨੀ ਖੱਟੀ ਚੁੰਨੀ ਲੈ ਕੇ ਨੀ ਮੈਂ ਧਾਰ ਜੋਣ ਜਾਨੀ ਖੱਟੀ ਚੁੰਨੀ ਨੇ ਮੇਰਾ ਘਰ ਪੱਟਿਆ ਨੀ ਮੈਂ ਕੱਟੇ ਦੇ ਫੁੱਲੇ ਖੇਸੜਾ ਜੇਠ ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ ਥੈਂਕ ਯੂ ਸੋ ਮਚ